ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਭੱਲਾ ਦੇ ਸਾਲੇ ਅਲੋਕ ਦੀਪ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ, ਜਿਸ ਲਈ ਉਹਨਾਂ ਨੇ 3 ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਸੰਬੰਧੀ SHO ਥਾਣਾ ਮਾਡਲ ਟਾਊਨ ਪਵਨ ਸ਼ਰਮਾ ਨੇ ਦੱਸਿਆ ਕਿ 50 ਲੱਖ ਰੁਪਏ ਦਾ ਕੁਝ ਲੋਕਾਂ ਨਾਲ ਅਲੋਕ ਦਾ ਲੈਣ ਦੇਣ ਸੀ ਅਤੇ ਪੈਸੇ ਨਾ ਦੇਣ ਕਾਰਨ ਉਸਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਪ੍ਰੀਤ ਦੇ ਬਿਆਨਾਂ ਦੇ ਆਧਾਰ ਤੇ ਧਾਰਾ 306 ਦੇ ਤਹਿਤ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੌਕੇ ਤੇ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜੋ ਕਿ ਪੁਲਿਸ ਵੱਲੋਂ ਡਿਸਕਲੋਜ਼ ਕਰਨ ਤੇ ਪੁਲਿਸ ਨੇ ਨਾਂਹ ਕਰ ਦਿੱਤੀ ਹੈ। ਸਰ, ਸ਼ਾਸਤਰੀ ਨਗਰ ਗੁਰੂ ਤੇਗ ਬਹਾਦਰ ਹਸਪਤਾਲ ਦੇ ਪਿੱਛੇ ਸਾਨੂੰ ਮੈਸੇਜ ਆਇਆ ਕਿ ਸੁਸਾਈਡ ਕਰ ਲਿਆ ਅਲੋਕ ਸਿੰਘ ਨਾਂ ਦੇ ਲੜਕੇ ਨੇ। ਅਸੀਂ ਮੌਕੇ 'ਤੇ ਜਦੋਂ ਪਹੁੰਚੇ ਤਾਂ ਬੋਡੀ ਪਹਿਲਾਂ ਹੀ ਹੋਸਪਿਟਲ ਸ਼ਿਫਟ ਕਰ ਦਿੱਤੀ, ਦੀਪ ਹੋਸਪਿਟਲ। ਉਹਨਾਂ ਦੀ ਵਾਈਫ ਦੇ ਬਿਆਨ 'ਤੇ ਮਨਪ੍ਰੀਤ ਕੌਰ ਨੇ, ਜੋ ਗੌਰਮੈਂਟ ਗਰਲ ਕਾਲਜ ਵਿੱਚ ਲੈਕਚਰਾਰ ਨੇ, ਉਹਨਾਂ ਦੇ ਬਿਆਨ 'ਤੇ ਅਸੀਂ 306 ਦਾ ਪਰਚਾ ਜੋ ਉਹਨਾਂ ਨੇ ਲਿਖਾਇਆ ਸੁਸਾਈਡ ਨੋਟ ਮਿਲਿਆ ਸਰ। ਅਤੇ ਨਹੀਂ, ਸੁਸਾਈਡ ਨੋਟ ਸਰ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਉਹ ਅਸੀਂ ਹਲੇ ਡਿਸਕਲੋਜ਼ ਨਹੀਂ ਕਰ ਸਕਦੇ ਤੁਹਾਨੂੰ। ਅਤੇ ਉਹਨਾਂ ਦੀ ਵਾਈਫ ਦੇ ਬਿਆਨ 'ਤੇ ਅਸੀਂ ਕਾਰਵਾਈ ਕਰਤੀ ਸਰ, 306 ਦਾ ਪਰਚਾ ਦੇ ਰਹੇ ਹਾਂ 3 ਬੰਦਿਆਂ ਦੇ ਖਿਲਾਫ ਸਰ। ਸਰ, ਇੱਕ ਕਰਨ ਸਿੰਘ ਨੇ ਕੋਈ, ਔਰ ਹਰਿੰਦਰ ਸਿੰਘ, ਤ੍ਰਿਭੂਵਨ, 3 ਬੰਦਿਆਂ ਦੇ। ਉਹ ਵਾਈਫ ਅੱਗੇ ਕਦੇ ਜ਼ਿਕਰ ਕਰਦਾ ਸੀ ਵੀ ਮੈਂ ਪੈਸੇ ਲੈਣੇ ਉਹਨਾਂ ਤੋਂ, ਮੈਨੂੰ ਪੈਸੇ ਨਹੀਂ ਦੇ ਰਹੇ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਸਰ। ਉਹਨਾਂ ਦੀ ਵਾਈਫ ਦੇ ਬਿਆਨ ਮੁਤਾਬਕ ਕਰੀਬ 50 ਕੁ ਲੱਖ ਰੁਪਇਆ ਹੈਗਾ ਜੋ ਉਹਨੇ ਲੈਣਾ ਸੀ। ਇਹ ਕਾਰ ਉਹ ਪਤਾ ਨਹੀਂ ਕੌਣ ਆ ਸਰ, ਵਾਈਫ ਵੀ ਨਹੀਂ ਜਾਣਦੀ ਉਹਨਾਂ ਨੂੰ, ਉਹਦੇ ਮਰਨ ਵਾਲੀ ਵਾਈਫ ਵੀ ਉਹਨਾਂ ਨੂੰ ਨਹੀਂ ਜਾਣਦੀ ਹੈ। ਉਹ ਜ਼ਿਕਰ ਜਿਵੇਂ ਹੁੰਦਾ ਵੀ ਪੈਸੇ ਲੈਣੇ ਆ, ਉਹ ਦੇ ਨਹੀਂ ਰਹੇ, ਇਸ ਤਰ੍ਹਾਂ ਗੱਲ ਕੀਤੀ ਸੀ ਇੱਕ ਦੋ ਵਾਰ ਉਹਨੇ। ਇਹ ਕਾਰ ਪਰਚੇਜ਼ ਦਾ ਕੰਮ ਸੀ ਲੋਕ ਸਿੰਘ ਦਾ। ਜਿਸ ਸਾਨੂੰ 1 ਵਜੇ ਅਸੀਂ ਪਹੁੰਚੇ ਹਾਂ, ਉਸ ਤੋਂ ਪਹਿਲਾਂ ਹੋ ਗਏ ਸੀ ਸਰ। ਘਰ 'ਚ ਸਰ ਮਦਰ ਬੈੱਡ 'ਤੇ ਨੇ, ਆਕਸੀਜਨ 'ਤੇ ਲੱਗੇ ਹਾਂ, ਨਰਸ ਰੱਖੀ ਹੋਈ ਹੈ ਜੀ। ਫਾਦਰ ਮੈਂਟਲੀ ਡਿਸਆਰਡਰ ਹੈ ਸਰ, ਦਿਮਾਗੀ ਤੌਰ 'ਤੇ ਠੀਕ ਨਹੀਂ ਰਹਿੰਦੇ ਉਹਦੇ। ਅਤੇ ਵਾਈਫ ਕਾਲਜ ਚਲੀ ਗਈ ਸੀ, ਬੱਚਾ ਵੀ ਸਕੂਲ ਚਲਾ ਗਿਆ ਸੀ ਜੀ 70 ਸਾਲ। ਸਰ, ਉਹਨਾਂ ਦੇ ਬਰਦਰ ਇਨ ਲਾਅ ਨੇ, ਜਸਵਿੰਦਰ ਭੱਲਾ ਜੀ ਦੇ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਅਲੋਕ ਨੇ 50 ਲੱਖ ਰੁਪਏ ਦੀ ਰਕਮ ਕਿਸੇ ਤੋਂ ਲੈਣੀ ਸੀ ਜਾਂ ਦੇਣੀ ਸੀ। ਬਿਊਰੋ ਰਿਪੋਰਟ, ਰੰਗਲਾ TV।